चुभदा चुभना ही है जो तू कदी फिरिया ही नहीं घा ते चुभना ही है नहीं भाजी ये आ भी चलो बंदा किसे टाइम थकिया टुटिया काम तो आउंदा वा आहो ते इत्थे हुण सोना दो चार दिन नहीं नहीं मैं देख रहा वा भी इहदे नाल रामदेव ही है कि नहीं ओ भाजी इहदे उत्ते लम्मे नहीं पईदा हाँ जी ये तो वैसे गिला गुला उत्ते पैर चला जांदा उस वास्ते ओ जज़ब हो जांदी ओ चीज़ ये हुंदा डेकोरेशन वास्ते भाजी मैनू ना दरअसल हैगी है शुगर ते सुबह सुबह उठ के ना इत्थे फिरिया कर तेरी इंसुलिन बनेगी प्लास्टिक दा वा ते इंसुलिन नवीं इहदे चों कित्थों आ गई जिहड़े मैं उठ के बहना तू प्लास्टिक दे उत्ते लम्मा पैन दिया उदों नहीं तैनूं ख्याल आया ये तो वैसे ही होंदा भाजी दीवारा ना भी लगा सोहना लगता स्विमिंग पूल हो सैडा ते ला दियो यार आ ला आ पैर भिजिया ही नहीं मेरे लाओ पानी डोलना पैंदा आप डोलना दुए दे ते नहीं तो फिर सुबह सुबह की सैर मैं किसी का होर घा ते जावा मैं तू फिर सारे घर च घा ही बिछाला खोता तो भी तुहाडे सारे टब्बर दी घा ही बिछाला मेरा भरा होर भी चीजा है इहदा की रेट है भाई हां जी इहदा की रेट ਇਹ ਹੈਗਾ ਜੀ 20 ਰੁਪਏ ਕਿਲੋ ਹਾਂਜੀ ਘਾਹ ਜੂ ਹੋਇਆ ਫਿਰ 20 ਰੁਪਏ ਕਿਲੋ ਹੀ ਦੱਸਣਾ ਸੀ ਇਹ ਵੀ ਫੁੱਟਾਂ ਦੇ ਹਿਸਾਬ ਨਾਲ ਹੁੰਦਾ ਇਹ ਭਾਜੀ ਹੈਗਾ ਜੀ 170 ਰੁਪਏ ਫੁੱਟ ਹਾਂਜੀ 170 ਰੁਪਏ ਜਿੱਦਾਂ ਜਿੱਦਾਂ ਘਾਹ ਮੋਟਾ ਹੁੰਦਾ ਜਾਏਗਾ ਰੇਟ ਵੱਧਦਾ ਜਾਏਗਾ ਕੀ ਪਾਣੀ ਵੀ ਲਾਉਣਾ ਪੈਣਾ ਇਹਨੂੰ ਉਹ ਨਹੀਂ ਹੁਣ ਇਹ ਵਾ ਨਾ ਹਾਂਜੀ ਇਹਦਾ ਜ਼ਿਆਦਾ ਰੇਟ ਆ ਅੱਛਾ ਜੀ ਹਾਂਜੀ ਇਹ ਵੀ ਸਾਡੇ ਕੋਲ ਪਿਆ ਤੂੰ ਕਿਹੜਾ ਘਾਹ ਖਾਣਾ ਇਹ ਦੱਸ ਦੇ ਉਹ ਖਾਣ ਦੀ ਨਹੀਂ ਗੱਲ ਕੋਈ ਦਿਮਾਗ ਤੇਰਾ ਠੀਕ ਆ ਮੈਂ ਬੱਚਿਆਂ ਮੰਡੀ ਆਇਆ ਯਾਰ ਬੱਚਿਆਂ ਦੀ ਖੇਲਣ ਦੀ ਗੱਲ ਕਰਦੇ ਆ ਵੀ ਬੱਚੇ ਕ੍ਰਿਕਟ ਕ੍ਰੁਕਟ ਵੀ ਖੇਲ ਸਕਦੇ ਆ ਇੱਥੇ ਕਿ ਨਹੀਂ ਕੀ ਫਾਇਦਾ ਭਾਈ ਜੇ ਬੱਚਿਆਂ ਵਾਸਤੇ ਪੈਸੇ ਵੀ ਖਰਚੇ ਐਂਟਰਟੇਨ ਹੀ ਨਾ ਹੋਣ ਨਿਆਣੇ ਫਾਇਦਾ ਰਹਿਣਾ ਕਿੱਥੇ ਭਾਈ ਕਿਹੜੇ ਮਹੱਲੇ ਰਹਿਣਾ ਮੈਂ ਭਾਈ ਇੱਥੇ ਮੁਸੀਬਤਪੁਰੇ ਰਹਿਣਾ ਤੇ ਤੂੰ ਸਾਨੂੰ ਸਵੇਰ ਦੀ ਕਾਹਦੀ ਮੁਸੀਬਤ ਪਾਈ ਆ ਮੇਰੀਆਂ ਮੁਸੀਬਤਾਂ ਤੇ ਮੁੱਕਣੀਆਂ ਹੀ ਨਹੀਂ ਜਾਂਦੇ ਉਹ ਮਹੱਲਾ ਛੱਡ ਤੂੰ ਨਹੀਂ ਕੀ ਹੋਇਆ ਨਹੀਂ ਮੁਸੀਬਤਪੁਰੇ ਤੂੰ ਰਹਿਣਾ ਤੇ ਕਾਰਪੇਟ ਲੈ ਕੇ ਜਾ ਰਹੇ ਆ ਤੇਰੇ ਮਹੱਲੇ ਦਾ ਨਾਂ ਹੀ ਉਹ ਮੁਸੀਬਤਪੁਰਾ ਇਹ ਕਿਹੜੀ ਗੱਲ ਹੈ ਜੇ ਮਹੱਲੇ ਦਾ ਨਾਂ ਹੈ ਜੇ ਉੱਥੇ ਬੰਦੇ ਨਹੀਂ ਰਹਿੰਦੇ ਬੰਦੇ ਤੇ ਰਹਿੰਦੇ ਆ ਫੇਰ ਲੇਕਿਨ ਉਹ ਬੰਦੇ ਰਹਿੰਦੇ ਆ ਉੱਥੇ ਮੈਨੂੰ ਪਤਾ ਜਿਹੜੇ ਰਹਿੰਦੇ ਆ ਮੈਂ ਵੀ ਉੱਥੇ ਹੀ ਰਹਿਣਾ ਤੇ ਫੇਰ ਹੁਣ ਦੇਖਣਾ ਬੱਚੇ ਆ ਉਹ ਜਦੋਂ ਇਦਾਂ 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 ਦਾ ਘਾਹ ਦੇਖਣਾ ਵਾ ਉਹਨਾਂ ਨੇ ਤੇ ਉਹਨਾਂ ਨੇ ਐਟਮਾਂ ਤੇ ਕਰਨੀਆਂ ਹੀ ਕਰਨੀਆਂ ਵਾ ਕੀ ਆ ਦੇਖੋ ਨਾ ਇਦਾਂ ਘਾਹ ਜਾਂ ਚੁੱਭ ਗਿਆ ਉਹਨਾਂ ਨੂੰ ਤੇ ਜਿਹਨਾਂ ਦਾ ਪਿਓ ਜੋ ਇੰਜ ਕਰ ਰਿਹਾ ਤੇ ਬੱਚੇ ਕੀ ਕਰ ਰਹੇ ਹੋਣਗੇ ਬੱਚੇ ਦਰਖਤਾਂ ਤੇ ਰਹਿੰਦੇ ਤੇਰੇ ਨਹੀਂ ਮੈਂ ਭਾਜੀ ਦੱਸਦਾ ਵਾ ਵੀ ਬੱਚੇ ਫਿਰ ਇੱਦਾਂ ਕਰਦੇ ਨਾ ਉਲਟਬਾਜ਼ੀਆਂ ਲਾਉਂਦੇ ਆ ਨਹੀਂ ਪੁੱਤਰ ਮੁਸੀਬਤਪੁਰੇ ਨਹੀਂ ਤੂੰ ਰਹਿੰਦਾ ਤੂੰ ਸਾਨੂੰ ਮੁਸੀਬਤ ਪਾਉਣ ਆਇਆ ਇੱਥੇ ਤੁਹਾਨੂੰ ਹੋਰ ਚੀਜ਼ ਦਿਖਾ ਦੇਣੇ ਅੱਛੀ ਆਓ ਉੱਧਰ ਦਿਖਾਉਂਦੇ ਹਾਂ ਉਹ ਸਾਜਦ ਸਾਜਦ ਸਾਹਿਬ ਆ ਭਾਈ ਹੁਣਾਂ ਨੂੰ ਨਾ ਇਹ ਦਿਖਾ ਦੇਰਾ ਖੋਲ ਖੋਲ ਕਿੱਥੇ ਇਹ ਸਾਰਾ ਭਾਜੀ ਤੁਰਕੀ ਦਾ ਮਾਲ ਆ ਤੁਰਕੀ ਦੇ ਡਰਾਮੇ ਵੇਖੇ ਆ ਹਾਂਜੀ ਵੇਖੇ ਆ ਅਤੇ ਇਹ ਵੀ ਵੇਖ ਅੰਨਾ ਹੋਇਆ ਇਹ ਵੀ ਵੇਖ ਇਹ ਦੇਖੋ ਇੱਕ ਮਿੰਟ ਇਹ ਤਾਂ ਦੇਖ ਲੈਂਦੇ ਉਹਨੂੰ ਇਹ ਦੇਖੋ ਭਾਜੀ ਕੈਸੀ ਆਲਾ ਚੀਜ਼ ਆ ਮਾਸ਼ਾਲਾ ਇਹਦੇ ਤੇ ਖਲੋ ਕੇ ਤੁਸੀਂ ਹੈ ਤੇ ਠੀਕ ਆ ਵੈਸੇ ਆ ਦੇਖੋ ਨਾ ਇਹ ਐਡਾ ਖੱਡਾ ਪਾਉਣ ਲਈ ਨਹੀਂ ਉਹ ਡਿਜ਼ਾਈਨ ਬਣਿਆ ਭਾਜੀ ਉਹ ਨਿਆਣਿਆਂ ਦਾ ਭਾਜੀ ਇਹ ਆ ਵੀ ਚਲੋ ਉਹ ਯਾਰ ਤੂੰ ਨਿਆਣੇ ਨਾਲ ਹੀ ਲੈ ਯਾਰ ਨਿਆਣੇ 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 ਮੈਂ ਤੈਨੂੰ ਅੱਗੇ ਕਹਿ ਰਿਹਾ ਜਿਸ ਕਮਰੇ 'ਚ ਤੂੰ ਕਾਰਪੇਟ ਵਿਛਾਉਣੇ ਆ ਨਾ ਤੇਰੇ ਨਿਆਣੇ ਨਾ ਉੱਥੇ ਜਾਣ ਮੈਂ ਉਹਨਾਂ ਦੇ ਦੰਦ ਭੰਨ ਦੇਣੇ ਜੇ ਉੱਧਰ ਗਏ ਤੂੰ ਕਿੱਥੇ ਹੋਏਗਾ ਦੰਦ ਭੰਨ ਦੇਗਾ ਘਰ ਮੇਰਾ ਵਾ ਤੇਰਾ ਕੀ ਕੱਲਾ ਕਾ ਦੰਦ ਕੋਈ ਭੰਨ ਦੇਗਾ ਨਿਆਣਿਆਂ ਨੂੰ ਜਦੋਂ ਪੈਸੇ ਖਰਚਣੇ ਜਿੱਥੇ ਮਰਦੀ ਫਿਰ ਮੈਂ ਆਪੇ ਹੀ ਤੇਰੀ ਬੇਗਮ ਨੂੰ ਸਮਝਾਵਾਂਗਾ ਵੀ ਤੂੰ ਬਹਿ ਜਾ ਭਾ ਨਿਆਣੇ ਦੇ ਮਲਾ ਉਹ 4 ਦਿਨ ਕੱਢਣਾ ਰਹਿ ਦੁਕਾਨਦਾਰ ਹੀ ਰਹਿ ਪਹਿਲੇ ਦਿਨ ਹੀ ਖਰਾਬ ਕਰ ਲੈਣੇ ਤੂੰ ਤੇ ਤੈਨੂੰ ਕੀ ਖਰਾਬ ਕਰ ਲੈਣ ਤੂੰ ਐਡਾ ਕਾਹਦਾ ਫਿਕਰ ਕਰਦਾ ਮੁਸੀਬਤਪੁਰੇ ਤੂੰ ਰਹਿਣਾ ਵਾ ਹਾਂ ਤੈਨੂੰ ਕੋਈ ਦੱਸੀਏ ਨਾ ਮੱਥ ਦੀ ਗੱਲ ਯਾਰ ਤੂੰ ਕਾਰਪੇਟ ਮੇਰਾ ਕਿੰਨੇ ਬੱਚੇ ਤੇਰੇ ਮੇਰੇ 7 ਬੱਚੇ ਤੇ ਫੇਰ ਕਾਹਲੀ ਕਾਰਪੇਟ ਵਿਛਾਈ ਜਾਂਦਾ ਉਹ ਤੇ ਕੀ ਉਹਨਾਂ ਨੂੰ ਕੀ ਨਹਿਰ 'ਚ ਸੁੱਟਦਾ ਸਾਰਿਆਂ ਨੂੰ ਯਾਰ ਇਹ ਦੇਖੋ ਨਾ ਮੇਰੀ ਪੇਮੈਸ਼ ਦੇ ਮੁਤਾਬਕ ਤੇ ਹੈ ਹੀ ਛੋਟੇ ਆ ਇਹ ਆਉਣੇ ਹੀ ਨਹੀਂ ਅੰਦਰ ਪੂਰੇ 'ਚ ਉਹ ਭਾਈ ਇਹ ਪੂਰੇ ਕਮਰੇ 'ਚ ਨਹੀਂ ਹੁੰਦੇ ਤੇ ਜਿੱਥੇ ਮਤਲਬ ਟੇਬਲ ਪਈ ਹੋਵੇ ਜਾਂ ਸੋਫੇ ਦੇ ਸੈਂਟਰ 'ਚ ਜਾਂ ਜਿਹੜਾ ਡਾਈਨਿੰਗ ਟੇਬਲ ਹੁੰਦਾ ਉਹਦੇ ਸਾਹਮਣੇ ਯਾਰ ਸੋਫੇ ਦੇ ਤੇ ਤਾਂ ਲਾਵਾਂਗੇ ਜੇ ਮੇਰੇ ਕੋਲ ਘਰ ਸੋਫਾ ਹੋਊਗਾ ਸੋਫਾ ਤੇ ਹੈ ਹੀ ਨਹੀਂ ਮੇਰੇ ਕੋਲ ਕੀ ਹੈ ਸੋਫਾ ਕੋਈ ਨਹੀਂ ਤੁਹਾਡੇ ਕੋਲ ਨਹੀਂ ਭਾਈ ਮੰਜੀਆਂ ਤੂੰ ਫਿਰ ਪੱਠੇ ਤੋਂ ਇੱਟਾਂ ਲੈ ਕਾਰਪੇਟ ਨਾ ਲੈ ਤੇਰੀ ਮਿਹਰਬਾਨੀ ਰਾਤ ਨੂੰ ਥੱਲੇ ਰੱਖ ਉਹਦਾ ਕਿਸੇ ਟਾਈਮ ਵੀ ਪਾਵਾ ਟੁੱਟ ਜਾਣਾ ਨਹੀਂ ਭਾਈ ਅੰਦਰ ਅੰਦਰ ਲੱਗਿਆ ਮਾਰਬਲ ਲੱਗਾ ਜਾਂ ਟਫ ਟਾਇਲ ਲੱਗੀ ਕੋਈ ਨਹੀਂ ਭਾਜੀ ਟੀਪ ਹੋਈ ਆ ਬੜੀ ਵਧੀਆ ਨਾ